देखो तुसी भी सारे अपा सारे ने देखा सुनिया है एक आ गए मैनु तो यह लगे भी जिवें इलाके दे विच आए जे हुंदा नहीं गा भी शरीके दे विच जाए बिना सरना नहीं सिर्फ मैनु लगता इन्नी क जे जी उहदी गलबात सी भी ना तो मैं सरकार नू कुछ कह सकदा है ना मेरे कोल कोई महकमा ना मेरे कोल कोई डिपार्टमेंट है मैं थोड़ी गल पहुंचाऊंगा गल करांगे कोई मुख्यमंत्री साहब ना जां किसे ना गलबात करके आई है पहला उन्होंने कोई एही जी गल नहीं कोई एही जी गल नहीं उन्होंने कीती है विषय ते वल्लों आए वे पर्सनली आए सी अपने नहीं जिहड़ा मैनू रुख लग्गिया ਉਹ ਇਹ ਲੱਗਿਆ ਕਿ ਪਰਸਨਲੀ ਆਏ ਆ ਕਿਉਂਕਿ ਸਰਕਾਰ ਵੱਲੋਂ ਆਏ ਹੁੰਦੇ ਸਰਕਾਰ ਵਾਲੀ ਕੋਈ ਗੱਲ ਕਰਦੇ ਮੇਰੇ ਨਾਲ ਉਹ ਤਾਂ ਕੋਈ ਗੱਲ ਨਹੀਂ ਉਹਨਾਂ ਦੀ ਤਾਂ ਇਹ ਸੀ ਗੱਲ ਵੀ ਮੈਂ ਤਾਂ ਤੁਹਾਡਾ ਤੁਸੀਂ ਭਾਈ ਇਲਾਕਾ ਹੈ ਮੈਂ ਭਾਈਚਾਰਾ ਹੈ ਮੈਂ ਤੁਹਾਡੇ ਕੋਲ ਮਿਲਣਾ ਹੈ ਅਤੇ ਉਹ ਮਿਲੇ ਦਾ ਕੋਈ ਫਾਇਦਾ ਹੈਗਾ ਇਸ ਤਰੀਕੇ ਦੇਖੋ ਮਿਲੇ ਦਾ ਜੇ ਤਾਂ ਹੁਣ ਇਹਦੀ ਹਿੰਮਤ ਹੋਈ ਉੱਥੇ ਗੱਲ ਕਰ ਲਈ ਤਾਂ ਹੋ ਸਕਦਾ ਸਾਡੀ ਗੱਲ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗੇ ਹੁਣ ਇਹ ਦੇਖਦੇ ਆਪਾਂ ਨੂੰ ਪਤਾ ਲੱਗੂਗਾ ਕੀ ਕਰਦੇ ਨੇ ਪ੍ਰਧਾਨ ਜੀ ਉਹਨਾਂ ਨੇ ਕਿਹਾ ਕਿ ਮੈਂ ਵੀ ਇਹਨਾਂ ਨੂੰ ਭਰੋਸਾ ਦਵਾਇਆ ਕਿ ਤੁਸੀਂ ਆਪਦੀ ਸਿਹਤ ਦਾ ਖਿਆਲ ਰੱਖੋ ਜੇ ਡਾਕਟਰ ਤੁਹਾਨੂੰ ਕਹਿੰਦੇ ਆ ਤਾਂ ਨਿਵੇਂ ਰੱਖ ਲਓ ਯਾਰ ਕਿਉਂ ਐਂ ਕਰਦੇ ਹੋ ਬੁਰੀ ਲੈਣੀ ਨਹੀਂ ਦੇਖੋ ਇਸ ਬਸ ਮੇਨ ਗੱਲ ਇਸੇ 'ਤੇ ਜ਼ੋਰ ਲੱਗਿਆ ਹੋਇਆ ਹੈ ਮੰਗਾ ਮੰਨਣ 'ਤੇ ਜ਼ੋਰ ਨਹੀਂ ਲੱਗਿਆ ਪ੍ਰਸ਼ਾਸਨ ਵੀ ਤੇਰਾ ਇੰਨਾ ਜ਼ੋਰ ਲਾ ਰਿਹਾ ਹੈ ਸਰਕਾਰ ਵੱਲੋਂ ਵੀ ਚਲੋ ਮੰਨ ਲਓ ਇਹ ਅਕਸਰ ਲੋਕ ਸਭਾ ਦੇ ਸਪੀਕਰ ਨੇ ਇੱਕ ਜ਼ਿੰਮੇਵਾਰ ਅਹੁਦਾ ਹੈ ਇਹਨਾਂ ਵੱਲੋਂ ਵੀ ਜੇ ਇਹ ਗੱਲ ਕਹੀ ਜਾਂਦੀ ਹੈ ਸਰਕਾਰ ਹਜੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਪੋਜ਼ਿਟਿਵ ਨਹੀਂ ਗੀ ਸਿਰਫ ਇਸ ਗੱਲ 'ਤੇ ਆ ਵੀ ਹਾਂ ਨਹੀਂ ਜੀ ਦੀ ਲੋੜ ਹੈ ਸਮੁੱਚੀ ਕਿਸਾਨੀ ਦੀ ਲੋੜ ਮੰਨੋ ਅਤੇ ਮਸਲੇ ਦਾ ਹੱਲ ਕਰੋ ਅਤੇ ਫਿਰ ਅਸੀਂ ਆਪਣੇ ਆਪ ਹੀ ਮੇਰੇ ਅਸੀਂ ਉੱਠ ਖੜਾਂਗੇ ਫਿਰ ਸਾਨੂੰ ਕੋਈ ਲੋੜ ਪੈਣੀ ਇੱਥੇ ਬੈਠਣ ਦੀ ਨਹੀਂ ਹਜੇ ਤੱਕ ਕੋਈ ਮਤਲਬ ਹੈ ਨਹੀਂ ਕੁਛ ਮਤਲਬ ਕੱਢੇ ਲਏ ਡਿਸਕਸ ਕਰ ਰਹੇ ਅਕਸਰ ਅੱਧਾ ਪੌਣਾ ਘੰਟਾ ਬੈਠੇ ਰਹੇ ਹਾਂ ਕੋਈ ਉਹੋ ਜਿਹੀ ਗੱਲ ਨਹੀਂ ਹੈ ਇਹਦੇ 'ਚ ਕੋਈ ਇਹਨਾਂ ਨੇ ਭਰੋਸਾ ਦਵਾਇਆ ਵੀ ਕਦੋਂ ਤੱਕ ਜਿਹੜੀ ਸਰਕਾਰ ਨਾਲ ਵੀ ਜੇ ਗੱਲਬਾਤ ਕਰਨਗੇ ਤੁਹਾਡੇ ਕਦੋਂ ਤੱਕ ਨਹੀਂ ਨਹੀਂ ਕੋਈ ਭਰੋਸਾ ਨਹੀਂ ਸਿਰਫ ਇੰਨੀ ਗੱਲ ਹੈ ਕਿ ਗੋਲ ਮੋਲ ਗੱਲ ਹੈ ਗੱਲ ਕਰਾਂਗੇ ਬਸ ਠੀਕ ਹੈ ABP ਸਾਂਝਾ ਜੋਸ਼ ਜਜ਼ਬਾ ਜਨੂਨ